ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਧੰਨ ਸੋ ਸਾਧ ਸੰਗਤ ਜੀ ਪਹਿਲੇ ਸਮੇ ਤੋਂ ਹੀ ਇਹ ਜ਼ੁਲਮ ਕੋਈ ਅੱਜ ਦਾ ਨਹੀਂ ਚੱਲ ਰਿਹਾ ਇਹ ਸਾਡੇ ਬੰਦੀ ਸਿੰਘ ਇੱਕ ਗੱਲ ਕਹਿ ਦਮ ਇਹ ਪਕੜ ਲਿਓ ਇਹ ਗੱਲ ਸਾਰਿਆਂ ਨੂੰ ਸੁਣ ਲੈਣੀ ਚਾਹੀਦੀ ਹੈ ਇਹ ਸਾਡੀਆਂ ਅਦਾਲਤਾਂ ਭਾਵੇਂ ਹਾਈ ਕੋਰਟ ਹੈ ਭਾਵੇਂ ਸੁਪਰੀਮ ਕੋਰਟ ਹੈ ਅੱਗੇ 24 ਦੇ ਵਿੱਚ ਵੋਟਾਂ ਆ ਜਾਣੀਆਂ ਮੈਂ ਸਿੱਖ ਭਰਾਵਾਂ ਨੂੰ ਵੀ ਕਹਿੰਨਾ ਹੈ ਖਾਲਸਾ ਜੀ ਥੋੜਾ ਖਿਆਲ ਰੱਖਣਾ ਹੈ ਮੈਂ ਹਿੰਦੂ ਭਰਾਵਾਂ ਨੂੰ ਵੀ ਕਹਿਣਾ ਹੈ ਮੈਂ ਮੁਸਲਮਾਨਾਂ ਨੂੰ ਵੀ ਕਹਿਣਾ ਹੈ ਕਰੋੜਾਂ ਹੀ ਮੁਸਲਮਾਨ ਐ ਇੱਥੇ ਭਾਰਤ ਦੀ ਧਰਤੀ ਤੇ ਕਰੋੜਾਂ ਹੀ ਬੋਧੀਆਂ ਇਸ ਭਾਰਤ ਦੀ ਧਰਤੀ ਤੇ ਕਰੋੜਾਂ ਹੀ ਜੈਨੀਆਂ ਇਸ ਭਾਰਤ ਦੀ ਧਰਤੀ ਤੇ ਕਰੋੜਾਂ ਹੀ ਸਿੱਖਾਂ ਇਸ ਭਾਰਤ ਦੀ ਧਰਤੀ ਤੇ ਸੋ ਸਾਹ ਸੰਜੀ 24 ਦੀਆਂ ਜਿਹੜੀਆਂ ਵੋਟਾਂ ਆਉਣੀਆਂ ਐ ਆ ਹੁਣ ਤਾਂ ਮੜਮੋਟਾ ਸੀ ਨੌ ਲੰਦੇ ਆ ਨਾ ਹਾਈ ਕੋਰਟ ਦਾ ਅਤੇ ਸੁਪਰੀਮ ਕੋਰਟ ਦਾ 24 ਦੇ ਵਿੱਚ ਇਹਨਾਂ ਨੂੰ ਵੋਟ ਨਾ ਕਿਤੇ ਪਾ ਦਿਓ ਜੇ 24 ਦੇ ਵਿੱਚ ਇਹ ਭਾਜਪਾ ਫੇਰ ਜਿੱਤ ਗਈ ਨਾ ਦਾ ਤੁਹਾਨੂੰ ਹਾਈ ਕੋਰਟ ਲੱਭਣਾ ਇੱਥੇ ਨਾ ਤੁਹਾਨੂੰ ਸੁਪਰੀਮ ਕੋਰਟ ਲੱਭਣਾ ਇੱਥੇ ਮੁਸਲਮਾਨਾਂ ਦੇ ਉੱਤੇ ਸ਼ਹੀਨ ਬਾਗ ਦਿੱਲੀ ਦੇ ਵਿੱਚ ਜ਼ੁਲਮ ਹੋਏ ਆ ਉਹ ਜ਼ੁਲਮਾਂ ਦਾ ਵੀ ਹਿਸਾਬ ਕਿਤਾਬ ਉਹ ਵੀ ਅਸੀਂ ਪੁੱਛਣਾ ਹੈ ਆ ਸਾਡੇ ਬੰਦੀ ਸਿੰਘ 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਐ ਸੋ ਸਾਧ ਸੰਜੀ ਮੈਨੂੰ ਤਾਂ ਪੂਰੀ ਸ਼ੱਕ ਹੈ ਅਦਾਲਤਾਂ ਦੇ ਉੱਤੇ ਮੈਨੂੰ ਸੁਪਰੀਮ ਕੋਰਟ ਦੇ ਜੱਜਾਂ ਤੇ ਇਹ ਪੂਰੀ ਸ਼ੱਕ ਹੈ ਸੋ ਮੈਂ ਤਾਂ ਹੁਣ ਇਹੀ ਕਹੂੰਗਾ ਸੋ ਖਾਲਸਾ ਜੀ ਇਹ ਝੂਲਮ ਬੜੇ ਪੁਰਾਣੇ ਆ ਬੁੱਢਾ ਦਲ ਦੇ ਨਹੰਗ ਸਿੰਘਾਂ ਦੇ ਕੋਲ ਮੈਂ ਸ਼ਸਤਰ ਦੇਖ ਰਿਹਾ ਹਾਂ ਇੱਕ ਮੈਂ ਕੁਹਾੜਾ ਵੀ ਦੇਖ ਰਿਹਾ ਹਾਂ ਇਹ ਕੁਹਾੜਾ ਦੇਖ ਕੇ ਮੇਰੇ ਮਨ ਦੇ ਵਿੱਚ ਇੰਨੀ ਖੁਸ਼ੀ ਹੋਈ ਹੈ ਨਾ ਉਸ ਟਾਈਮ ਦੇ ਉੱਤੇ ਭਾਜਪਾ ਨੇ ਜਦੋਂ ਝੂਲਮ ਕਿਤੇ ਇਹ ਭਗਵਾਨ ਪਰਸਰਾਮ ਦੇ ਕੋਲ ਕੁਹਾੜਾ ਸੀ ਇਹ ਕੁਹਾੜਾ ਪਰਸਰਾਮ ਦੇ ਕੋਲ ਸੀ ਭਗਵਾਨ ਪਰਸ਼ਰਾਮ ਬੜਾ ਸਮਝਾਉਂਦੇ ਰਹੇ ਨਾ ਜ਼ੁਲਮ ਕਰੋ ਵੇ ਨਾ ਜ਼ੁਲਮ ਕਰੋ ਜਦੋਂ ਇਹ ਜ਼ੁਲਮ ਤੋਂ ਫਿਰ ਨਾ ਹਟੇ ਭਗਵਾਨ ਪਰਸ਼ਰਾਮ ਜਿੱਥੇ ਵੀ ਕਿਤੇ ਦੁਸ਼ਟ ਦਿਖਦਾ ਦੁਸ਼ਟ ਜਿੱਤੇ ਉਠਪਤ ਹੋ ਤਪਤਾ ਆ ਮਾਰ ਕੇ ਪਰਸ਼ਰਾਮ ਸਿਰ ਦੇ ਵਿੱਚ ਕੋਹਾੜਾ ਸਿਰ ਨੂੰ ਦੁਫਾੜ ਕਰਕੇ ਜਦੀ ਫਿਰ ਕੀ ਬਾ ਫਿਰ ਜਕਾਰਾ ਛੱਡਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪਰਸਰਾਮ ਮਾਰ ਕੇ ਦੁਸ਼ਟ ਦੇ ਸਿਰ ਦੇ ਵਿੱਚ ਕੁਹਾੜਾ ਵਾ ਫਿਰ ਜਕਾਰਾ ਛੱਡ ਦਿੰਦਾ ਏ ਇਤਿਹਾਸ ਆਪ ਜੀ ਜਾਣਦੇ ਆਂ ਭਾਰਤ ਦੇ ਵਿੱਚੋਂ 21 ਵਾਰ ਸਫਾਇਆ ਕਰ ਦਿੱਤਾ ਪਰਸਰਾਮ ਨੇ ਕੁਹਾੜੇ ਦੇ ਨਾਲ ਹੀ ਸੋ ਖਾਲਸਾ ਜੀ 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਇਹ ਸਾਡੇ ਬੰਦੀ ਸਿੰਘ ਜਥੇਦਾਰ ਹਵਾਰਾ ਜੀ ਸਾਰੇ ਸਾਡੇ ਹੀਰੇ ਐ ਕੌਮ ਦੇ ਆ ਕਈ ਦਿਨ ਹੋ ਗਏ ਮੈਂ ਧਰਨਾ ਪੜੀ ਸੀ ਇੱਥੇ ਉਹ মিডিਆ ਵਾਲਿਆਂ ਨੇ ਮੇਰੇ ਅੱਗੇ ਵੀ ਕਰ ਦਿੱਤਾ মিডিਆ ਬਾਰੇ ਹੁਸਾਦ ਸੰਜੀਏ ਇਹ ਦਾੜਾ ਵੀ ਦੇਖਦੇ ਆ ਚਿੱਟਾ ਹੋ ਗਿਆ ਨਾ ਉਹਨਾਂ ਦਿਨਾਂ ਦੀ ਗੱਲ ਐ ਸਭ ਤੋਂ ਪਹਿਲਾਂ ਪੁਲਿਸ ਨੇ ਮੈਨੂੰ ਫੜਿਆ ਜਦ ਸਭ ਤੋਂ ਪਹਿਲੇ ਪੁਲਿਸ ਨੇ ਮੈਨੂੰ ਫੜਿਆ ਰਾਤ ਕੇ 11 ਵਜੇ ਇਹ ਕੋਈ ਅੱਜ ਦੀਆਂ ਗੱਲਾਂ ਥੋੜਾ ਮੈਂ ਕਰ ਰਿਹਾ ਐ। ਸਭ 45 ਸਾਲ ਦੀ ਕਰ ਰਿਹਾ ਹੁਣ। ਉਹਦੇ ਬਾਅਦ ਪੰਜ ਮੁੰਡੇ ਫਿਰ ਪਿੰਡ ਦੇ ਵਿੱਚੋਂ ਮੈਨੂੰ ਅੱਗੇ ਲਾ ਲਿਆ। ਪੰਜ ਮੁੰਡੇ ਪਿੰਡ ਦੇ ਵਿੱਚੋਂ ਫਿਰ ਘਰ ਘਰ ਜਾ ਕੇ ਉਹ ਫੜੇ। ਸੋ ਅੱਗੇ ਆਪ ਜੀ ਨੂੰ ਪਤਾ ਹੀ ਐ ਫਿਰ ਅੱਗੇ ਕੀ ਹੁੰਦਾ ਐ। ਸੋ ਮੈਂ ਹੁਣ ਅੱਗੇ ਨਾ ਵੱਧਾ ਹੋਇਆ। ਬੜਾ ਕੀਮਤੀ ਸਮਾਂ ਐ। ਸੋ ਸਾਜੀ ਸਟੇ ਸਕੱਤਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸੋ ਆਓ ਆਪਾਂ ਇੱਕ ਹੋਈਏ ਇੱਕ ਹੋ ਕੇ ਚੱਲੀਏ ਏਕ ਜਥਾ ਕਸ਼ਮੀਰ ਤੋਂ ਵੀ ਪਹੁੰਚਿਆ 1 ਮਿੰਟ ਵਾਸਤੇ ਕਸ਼ਮੀਰ ਤੋਂ ਤੁਹਾਡੇ ਇਸ ਦੁੱਖ ਦੇ ਵਿੱਚ ਇਨਸਾਫ ਮੋਰਚੇ 'ਚ ਪਹੁੰਚਿਆ ਸੋ ਮੇਰਾ ਹੁਣ ਇੰਨਾ ਹੀ ਪਰਵਾਨ ਕਿਉਂਕਿ ਮੈਂ ਲੋਕਲ ਐ ਮੈਂ ਤੇ ਤੁਹਾਡੇ ਬਾਰਡਰ ਤੇ ਹੀ ਬਹੁਤ ਲੋਕਲ ਐ ਕਦੇ ਟਾਈਮ ਲਾ ਵੀ ਲੈਣਾ ਜੇ ਨਹੀਂ ਵੀ ਲਾਂਦਾ ਤਾਂ ਵੀ ਮੈਨੂੰ ਕੋਈ ਔਖੀ ਗੱਲ ਨਹੀਂ ਸੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਿੰਘ ਸਾਹਿਬ ਪਾਸੋਂ ਵਿਚ ਆਸ਼ਰਵਣ ਕੀਤੇ ਤੇ ਹੁਣ ਭਾਈ ਹਮੇਸ਼ ਸਿੰਘ ਜੀ ਖਾਲਸਾ ਮੁਕਸਰ ਤੋਂ ਉਹ 5 ਮਿੰਟ ਬੋਲਣ